सब्सक्राइब कीजिए हमारे चैनल को हमारी नई वीडियो को सबसे पहले देखने के लिए और बेल आइकॉन को प्रेस कीजिए। बिस्मिल्लाहिर्रहमानिर्रहीम, अस्सलामुअलैकुम मेरे दोस्तों, क्या हाल चाल हैं। मैं उम्मीद करता हूं कि मेरे तमाम दोस्त खैरियत से होंगे। तो दोस्तों, आज हम बात करेंगे एक फार्मर के साथ जिनका माल आप अपनी स्क्रीन के ऊपर देख रहे हैं। तो अभी उनसे पूछते हैं कि कैसा है ये काम उनकी नज़र में, वो क्या मशवरा देंगे हमारे साथियों को। तो चलते हैं हम अपने फार्मर की तरफ। अस्सलाम वालेकुम। वालेकुम सलाम जी। बड़े अच्छी। अच्छा सर, ये आपने कुर्बानी के लिए भी जानवर तैयार किए हैं? हाँ जी सर, असी 20 जानवर तैयार किए थे। अच्छा, पहले साल 2016 20 जानवर, फिर असी वधाए अल्लाह की मेहरबानी ना, ते 30-35 जानवर असी पिछले साल भी बेचे 2017 इस साल अल्लाह की मेहरबानी ना 50 जानवर जेड़े है ना तैयार, फुल बकरे। अच्छा, वो सेल की। अच्छा, तुहाडी नज़र दे विच बकरियां दा कारोबार ज़्यादा बेहतर रहेगा या बकरियां दा? अल्लाह पाक जी तंदुरुस्ती रखे, हर शै जी बड़ा फायदा हैगा, वाधे वाला माल है। बकरियां दा काम भी बहुत अच्छा वा, ये समझ लो फैक्ट्रियां आई हैं, ये दुध दियाँ गोशत दियाँ। तो तुसी ऐसा वाले ये कुर्बान जेडे बकरे सेल किए या किड़ी मंडी च किए ने? असी सर लाहौर सेल किए आ। अच्छा, कुछ असी पंजाब की जी वी सब तो मदरसा मंडी है, इतने भी ले जाके सेल किए सी। तो लाहौर का की तुसी हिसाब लाया, लाहौर का यानी कि कि महंगे तो महंगा बकरा विकया? महंगे तो महंगा जी 1,10,000 का बेचा अभी बकरा। अच्छा, हाँ जी। वैसे एवरेज की बन गई बकरे, टोटल बकरे किन्ने थोड़े? ਸਾਡੇ ਜੀ 50 ਜਨਵਰ ਸੀਗੇ, 52-53 ਸੀ, ਵਿੱਚੋਂ ਇੱਕ ਦੋ ਭੁਰ ਗਏ ਸੀਗੇ, ਮਰ ਗਏ ਸੀ, ਯਾਨੀ ਕਿ ਅੱਛਾ ਡੈਥ ਹੋ ਗਈ। ਡੈਥ ਹੋ ਗਈ ਸੀ, ਅਤੇ ਸਭ ਤੋਂ ਮਹਿੰਗਾ 1,10,000 ਦਾ ਵੇਚਿਆ ਸੀ। ਬਾਅਦ 'ਚ ਐਵਰੇਜ ਦਾ ਹਿਸਾਬ ਕੀਤਾ ਸੀਗਾ, ਕੋਈ 50,000 ਇੰਨੇ ਕੁ ਬਣਦੀ ਸੀ। ਫਿਰ ਤਾਂ ਮਾਸ਼ਾਅੱਲਾ ਬੜਾ ਅੱਛਾ ਕਾਰੋਬਾਰ। ਅਤੇ ਤੁਸੀਂ ਕਿੰਨਾ ਤੁਹਾਡੇ ਕੋਲ ਜਾਨਵਰ ਕਿੰਨੇ ਨੇ ਸਾਡੇ ਫਾਰਮ 'ਚ ਰੱਖੇ ਹੋਏ ਨੇ ਟੋਟਲ, ਬੱਕਰੀਆਂ ਬੱਕਰੇ ਸਾਰੇ? 200 ਬੱਕਰੀ ਆ ਜੀ, ਛੋਟਾ ਵੱਡਾ ਨਗ ਪਾ ਕੇ। ਛੋਟਾ ਵੱਡਾ ਨਗ, ਹਾਂਜੀ। ਅੱਛਾ, ਵੈਸੇ ਇਹ ਗਿਆ ਸੀ ਅਤੇ ਤੁਹਾਡਾ ਉਹ ਫਾਰਮ ਬੰਦ ਸੀਗਾ ਅਤੇ ਉਹ ਲੜਕੇ ਨੇ ਉਹ ਖੋਲ੍ਹੇ ਨਹੀਂ, ਅਸੀਂ ਜਾਣਾ ਸੀ ਅੰਦਰ, ਹੁਣੇ ਨਹੀਂ ਇੰਨਾ, ਅਸੀਂ ਖੁਦ ਨਾ ਹੋਈਏ ਤਾਂ ਫਿਰ ਉਹ ਨਹੀਂ ਜਾਣ ਦਿੰਦੇ ਇਸ ਤਰ੍ਹਾਂ। ਮੁਲਾਜ਼ਮਾਂ ਨੂੰ ਸਖਤੀ ਕੀਤੀ ਆ, ਲੋਕ ਆਉਂਦੇ ਇਸੇ ਤਰ੍ਹਾਂ, ਫਿਰ ਉਹ ਬੜੇ ਮਸਲੇ ਮਸਾਇਲ ਬਣਦੇ ਬਾਅਦ 'ਚ। ਸਹੀ ਸਹੀ। ਅੱਛਾ, ਅਤੇ ਸਰ ਦੂਸਰੇ ਨੰਬਰ 'ਤੇ ਜਿਹੜਾ ਹੈ, ਤੁਸੀਂ ਮੁਲਾਜ਼ਮ ਕਿੰਨੇ ਰੱਖੇ ਹੋਏ ਨੇ ਇਹਦੇ ਵਾਸਤੇ? 4 ਮੁਲਾਜ਼ਮ ਹਨ ਜੀ, ਜਿਹੜੇ ਸਿਰਫ ਬੱਕਰੀਆਂ ਦੇ ਪੱਠਿਆਂ ਦਾ ਬੰਦੋਬਸਤ ਕਰਦੇ, ਜਿਨ੍ਹਾਂ ਦਾ ਕੰਮ ਆ ਸਿਰਫ ਬੱਕਰੀਆਂ ਨੂੰ ਰਜਾਉਣਾ। ਠੀਕ। ਬਾਕੀ ਇੱਕ ਦੋ ਬੰਦੇ ਹੋਰ ਵੀ ਹੈ ਨੇ, ਯਾਨੀ ਕਿ ਉਹ ਵੈਸੇ ਖੁਸ਼ਕ ਜਗ੍ਹਾ ਦਾ, ਧੁੱਪ ਛਾਂ ਦਾ, ਹਰ ਚੀਜ਼ ਦਾ, ਮੈਡੀਸਨ ਦਾ, ਬਾਹਰ ਕੱਢ ਕੇ ਵੀ ਫੇਰਾ ਸ਼ੇਰਾ ਵੱਜ ਜਾਂਦਾ, ਫੇਰਾ ਸ਼ੇਰਾ ਬਿਲਕੁਲ ਜਾਨਵਰ, ਯਾਨੀ ਕਿ ਤੁਰ ਫਿਰ ਆਉਂਦੇ ਕਮਾਉਣ ਬਦਲੇ। ਬਿਲਕੁਲ ਬਿਲਕੁਲ, ਜ਼ਬਰਦਸਤ ਹੋ ਗਿਆ। ਅੱਛਾ, ਅਤੇ ਮਾਸ਼ਾਅੱਲਾ ਤੁਹਾਡੇ ਕੋਲ ਬੱਕਰੀਆਂ ਕਾਫੀ ਰੰਗ ਦੀਆਂ ਨੇ ਔਰ ਵਿੱਚ ਕਈ ਨਸਲਾਂ ਵੀ ਮਿਕਸ ਹੋਈਆਂ ਨੇ, ਅਸੀਂ ਦੇਖੀਆਂ। ਬਿਲਕੁਲ ਬਿਲਕੁਲ। ਅਤੇ ਤੁਸੀਂ ਕੀ ਮਸ਼ਵਰਾ ਦਿਓਗੇ ਕਿ ਟੈਰੀ ਨਸਲ ਦਾ ਕੰਮ ਕੀਤਾ ਜਾਵੇ ਜਾਂ ਕੋਈ ਜਿਹੜਾ ਬ੍ਰਾਂਡ ਆ ਉਹਦਾ ਕੰਮ ਕੀਤਾ ਜਾਵੇ ਜਾਂ ਦੋਗਲੀ ਬੱਕਰੀ ਦਾ ਕੰਮ ਕੀਤਾ ਜਾਵੇ? ਸਰ ਕੰਮ ਤਾਂ ਅੱਲਾ ਪਾਕ ਤੰਦਰੁਸਤੀ ਰੱਖੇ, ਸਾਰੇ ਬਹੁਤ ਅੱਛਾ ਹੈਗਾ, ਅਤੇ ਜਿਹੜਾ ਹੈਗਾ ਟੈਰੀ ਬੱਕਰੀ ਦਾ, ਇਹ ਤਾਂ ਬਹੁਤ ਹੀ ਅੱਛਾ ਕੰਮ ਆ ਕਿਉਂਕਿ ਇਹਦੇ 'ਚ ਇਜ਼ਾਫਾ। ਦੋਸਤੋ, ਆਪਣੇ ਸੁਣੀ ਇੱਕ ਫਾਰਮਰ ਕੀ ਜ਼ਬਾਨੀ ਸਾਰੀ ਬਾਤ। ਤੋਂ ਮੈਂ ਉਮੀਦ ਕਰਤਾ ਹੂੰ ਆਪਕੋ ਹਮਾਰੀ ਵੀਡੀਓ ਜ਼ਰੂਰ ਪਸੰਦ ਆਈ ਹੋਗੀ। ਆਪਸੇ ਰਿਕੁਐਸਟ ਹੈ, ਆਪ ਹਮਾਰੇ ਚੈਨਲ ਕੋ ਸਬਸਕ੍ਰਾਈਬ ਲਾਜ਼ਮੀ ਕਰੇਂ, ਹਮਾਰੀ ਵੀਡੀਓ ਕੋ ਲਾਈਕ ਕਰੇਂ। तो दोस्तों, आप हमारे चैनल के साथ जुड़े रहिए और अपना बहुत सा ख्याल रखना। फिर मिलेंगे एक नई वीडियो के साथ। अल्लाह हाफिज़।